ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਦੋਸਤ ਆਸ਼ੀਸ਼ ਅਤੇ ਤੁਸੀਂ ਦੇਖ ਰਹੇ ਹੋ ETS ਇੰਟਰਟੇਨਮੈਂਟ। ਕਿਉਂਕਿ ਖਬਰਾਂ ਦੇ ਨਾਲ ਨਾਲ ਤੁਹਾਨੂੰ ਅਸੀਂ ਇੰਟਰਟੇਨਮੈਂਟ ਵੀ ਤੁਹਾਡੇ ਲਈ ਕਰਦੇ ਹਾਂ। ਅਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਸਿਰਸਾ ਦੇ ਕੈਰਾ। ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਖਬਰ ਵਾਇਰਲ ਹੋ ਰਹੀ ਸੀ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਸੀ ਕਿ ਕੈਰਾ ਸਿਨੇਮਾ ਬੰਦ ਹੋ ਰਿਹਾ, ਲੇਕਿਨ ਨਹੀਂ, ਇਹ ਖਬਰ ਝੂਠੀ ਸੀ। ਕਿਉਂਕਿ ਕੈਰਾ ਸਿਨੇਮਾ ਦੀ ਜੋ ਪ੍ਰੈਜੈਂਟ ਮੈਂ ਲੋਕੇਸ਼ਨ ਹੈ ਤੁਹਾਨੂੰ ਦਿਖਾ ਰਿਹਾ, ਅਤੇ ਕੈਰਾ ਸਿਨੇਮਾ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਰਿਲੀਜ਼ ਫਿਲਮਾਂ ਹੋਈਆਂ ਹੈ, ਗੱਲ ਕਰੂੰਗਾ ਤੀਜਾ ਪੰਜਾਬ, ਕਦੇ ਹਾਂ ਕਦੇ ਨਾ ਪੰਜਾਬੀ ਫਿਲਮਾਂ, ਉਸ ਤੋਂ ਇਲਾਵਾ ਹਿੰਦੀ ਫਿਲਮਾਂ ਹੈ ਜੋ ਕਿ ਰਿਲੀਜ਼ ਹੋਈਆਂ ਹੈ, ਉਸ ਤੋਂ ਇਲਾਵਾ ਜੋ ਅੱਗੇ ਰਿਲੀਜ਼ ਹੋਣ ਜਾ ਰਹੀਆਂ ਨੇ ਕਮਿੰਗ ਸੂਨ ਮੂਵੀਜ਼ ਨੇ, ਉਸ ਨੂੰ ਲੈ ਕੇ ਕੈਰਾ ਸਿਨੇਮਾ ਹੈ ਜੋ ਹਾਲ ਹੀ ਦੇ ਵਿੱਚ ਚੱਲ ਰਿਹਾ। ਅੰਦਰ ਦੀਆਂ ਤਸਵੀਰਾਂ ਵੀ ਦਿਖਾਊਂਗਾ, ਅਤੇ ਮੇਰੇ ਨਾਲ ਜੋ ਸਿਨੇਮਾ ਦੇ ਮੈਨੇਜਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਰ, ਮੈਂ ਪੁੱਛਣਾ ਚਾਹੂੰਗਾ ਕਿ ਪਿਛਲੇ ਦਿਨੋਂ ਇੱਕ ਖਬਰ ਵਾਇਰਲ ਹੋ ਰਹੀ ਸੀ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਕੈਰਾ ਬੰਦ ਹੋ ਰਿਹਾ, ਕੀ ਖਬਰ ਸੀ, ਕਿਉਂ ਇਸ ਤਰ੍ਹਾਂ ਦੀ ਖਬਰਾਂ ਫੈਲਾਈ ਜਾ ਰਹੀ? ਸਭ ਤੋਂ ਪਹਿਲਾਂ ਹੀ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਸਭ ਨੂੰ ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਦੀ ਕੋਈ ਵੀ ਖਬਰ ਨਹੀਂ ਸੀ, ਉਹ ਸਭ ਇੱਕ ਝੂਠੀ ਖਬਰ ਸੀ। ਤੁਹਾਡੇ ਸਾਹਮਣੇ ਹੈ, ਸਭ ਕੁਝ ਚੱਲ ਰਿਹਾ, ਸਿਨੇਮਾ ਚੱਲ ਰਿਹਾ, ਤੁਸੀਂ ਵੀ ਦੇਖਿਆ, ਕਸਟਮਰ ਆ ਰਹੇ, ਕੋਈ ਇੱਦਾਂ ਦੀ ਨਹੀਂ। ਉਹ ਇੱਕ ਦੋ ਸ਼ਰਾਰਤੀ, ਜਿਵੇਂ ਕਹਿ ਲਓ ਕਿ ਅਨਸਰ ਦੇ ਕਿਸੇ ਨੇ ਸ਼ਰਾਰਤ ਕੀਤੀ, ਬਸ ਹੋਰ ਉਸ ਤੋਂ ਇਲਾਵਾ ਕੁਛ ਨਹੀਂ। ਜੋ ਹਾਲ ਹੀ ਦੇ ਵਿੱਚ ਫਿਲਮਾਂ ਰਿਲੀਜ਼ ਹੋਈਆਂ ਨੇ ਔਰ ਲੱਗ ਰਹੀ ਕਿ ਪਿਛਲੇ ਦਿਨੋਂ ਜੋ ਖਬਰ ਚੱਲੀ ਨਹੀਂ ਪਤਾ ਸੀ, ਲੇਕਿਨ ਉਸ ਤੋਂ ਇਲਾਵਾ ਹੁਣ ਜੋ ਫਿਲਮਾਂ ਰਿਲੀਜ਼ ਹੋਈਆਂ ਹੈ ਜਾਂ ਅੱਗੇ ਆਉਣ ਵਾਲੀਆਂ, ਉਸ ਨੂੰ ਲੈ ਕੇ? ਫਿਲਮਾਂ ਅੱਗੇ ਆਉਣ ਵਾਲੀਆਂ ਵੀ ਹੈ, ਜਿਵੇਂ ਚੰਡੀਗੜ੍ਹ ਕਰੇ ਆਸ਼ਕੀ ਹੈ, ਮਰ ਜਾਣੇ ਹੈ ਪੰਜਾਬੀ, 10 ਦਸੰਬਰ ਨੂੰ ਰਿਲੀਜ਼ ਹੋ ਰਹੀਆਂ ਨੇ ਉਹ ਵੀ। ਫਿਲਹਾਲ ਇਹ ਮੂਵੀ ਤੀਜਾ ਪੰਜਾਬ ਜੋ ਕਿ ਕਿਸਾਨੀ ਮੁੱਦੇ 'ਤੇ ਬਹੁਤ ਵਧੀਆ ਮੂਵੀ ਹੈ, ਤੁਸੀਂ ਕਸਟਮਰ ਦੇ ਰਿਵਿਊ ਦੇਖੇ ਹੀ ਨੇ। ਇੱਕ ਪੰਜਾਬ ਦੀ ਕਿਸਾਨੀ ਨੂੰ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਕਿਸਾਨ ਆਪਣੇ ਹੱਕਾਂ ਲਈ ਲੜੇ, ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਕੀਤਾ, ਬਹੁਤ ਵਧੀਆ ਮੂਵੀ ਹੈ। ਬਾਕੀ ਕਸਟਮਰ ਦੇ ਰਿਵਿਊ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ। ਅਤੇ ਅੱਗੇ ਦੀਆਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਸਿਨੇਮਾ ਹਾਲ ਦੀਆਂ ਵੀ ਦਿਖਾਵਾਂਗੇ, ਅਤੇ ਕੈਰਾ ਜੋ ਸਿਨੇਮਾ ਬਣਿਆ ਉਸਦੇ ਵਿੱਚ ਕੀ ਕੀ ਫੈਸਿਲਿਟੀਜ਼ ਨੇ ਜੋ ਕਸਟਮਰ ਨੂੰ ਮਿਲਣ ਵਾਲੀਆਂ ਨੇ, ਉਸ ਨੂੰ ਵੀ ਦਿਖਾਵਾਂਗੇ। ਅਤੇ ਆਓ ਫਿਰ ਕਰਵਾਉਂਦੇ ਹਾਂ ਸਿਨੇਮਾ ਦੇ ਅੰਦਰ ਦੀ ਸੈਰ। ਹਾਲ ਦੇ ਵਿੱਚ ਗੱਲ ਕਰੂੰਗਾ ਸਿਰਸਾ ਦੇ ਕੈਰਾ ਸਿਨੇਮਾ ਹਾਲ ਦੇ ਵਿੱਚ ਇੱਕ ਮੂਵੀ ਦੀ ਜੋ ਉਡੀਕ ਕਰ ਰਹੇ ਸੀ ਦਰਸ਼ਕ, ਤੀਜਾ ਪੰਜਾਬ। ਤੀਜਾ ਪੰਜਾਬ ਵੈਸੇ ਤਾਂ ਪੰਜਾਬ ਹੈ ਕਿ ਦੇਸ਼ ਦੇ ਹਰ ਕੋਨੇ ਕੋਨੇ ਦੇ ਵਿੱਚ ਛਾਇਆ ਹੋਇਆ, ਲੇਕਿਨ ਤੀਜਾ ਪੰਜਾਬ ਜੋ ਪਿਛਲੇ 1 ਸਾਲ ਤੋਂ ਜੋ ਲਗਭਗ ਕਿਸਾਨ ਹੈ ਬਾਰਡਰਾਂ 'ਤੇ ਬੈਠੇ ਹੋਏ ਆ, ਕਿਸਾਨੀ ਸੰਘਰਸ਼ ਕਰ ਰਹੇ ਨੇ, ਹਾਲਾਂਕਿ ਉਹਨਾਂ ਦਾ ਕਿਸਾਨੀ ਸੰਘਰਸ਼ ਜੋ ਕਾਮਯਾਬ ਵੀ ਹੋਇਆ ਹੈ, ਸਰਕਾਰ ਨੇ ਕਾਨੂੰਨ ਰਿਲੀਜ਼ ਹੋਈ ਹੈ, ਅਤੇ ਉਸ ਨੂੰ ਲੈ ਕੇ ਪਬਲਿਕ ਦੇ ਰਿਵਿਊ ਜਾਣਾਂਗੇ ਕਿ ਪਬਲਿਕ ਦਾ ਇਸ ਬਾਰੇ ਕੀ ਕਹਿਣਾ ਹੈ, ਪਬਲਿਕ ਨੂੰ ਮੂਵੀ ਪਸੰਦ ਆਈ ਜਾਂ ਨਹੀਂ ਆਈ, ਪਬਲਿਕ ਇਸ ਬਾਰੇ ਕੀ ਕਹਿੰਦੀ ਹੈ। ਅਤੇ ਆਓ ਫਿਰ ਕਰਦੇ ਹਾਂ ਗੱਲਬਾਤ ਪਬਲਿਕ ਨਾਲ। ਬਹੁਤ ਵਧੀਆ ਵਧੀਆ ਲੱਗੀ ਜੀ ਮੈਡਮ, ਬਹੁਤ ਵਧੀਆ ਬਹੁਤ। ਕਿ ਜਿਵੇਂ ਕਿਸਾਨੀ ਸੰਘਰਸ਼ ਨੂੰ ਲੈ ਕੇ ਬਣੀ ਗਈ ਮੂਵੀ, ਕਿਸ ਤਰ੍ਹਾਂ ਵਧੀਆ ਉਸ 'ਤੇ ਬਣੀ? ਹਾਂਜੀ ਬਿਲਕੁਲ। ਅੱਛਾ, ਬਹੁਤ ਵਧੀਆ ਸੀ ਬੇਟਾ, ਬਹੁਤ ਵਧੀਆ ਮੂਵੀ। ਕੀ ਚੀਜ਼ ਖਾਸ ਦੇਖਣ ਨੂੰ ਲੱਗੀ ਮੂਵੀ ਦੇ ਵਿੱਚ, ਕਿਹਦਾ ਰੋਲ ਵਧੀਆ? ਇਹਦੇ 'ਚ ਜਿਹੜੇ ਮੇਨ ਕਰੈਕਟਰ ਹੈਗੇ ਆ ਉਹਨਾਂ ਦਾ ਰੋਲ ਬਹੁਤ ਵਧੀਆ, ਬਹੁਤ ਵਧੀਆ ਮੂਵੀ ਹੈ, ਬਹੁਤ ਸਿਰਾ ਮੂਵੀ। ਸਰ ਬਹੁਤ ਵਧੀਆ ਮੂਵੀ ਜਾ ਰਹੀ ਹੈ ਜੀ, ਮੰਨ ਲਓ ਕਿਸ ਰੋਲ ਜ਼ਿਆਦਾ ਵਧੀਆ ਲੱਗਿਆ ਇਹਦੇ? ਸਰ ਨਿਮਰਤ ਖਹਿਰਾ ਜੀ ਦਾ ਬਹੁਤ ਸੋਹਣਾ ਰੋਲ ਜਾ ਰਿਹਾ ਹੈ, ਇਹਦੇ ਇਲਾਵਾ ਮੰਨ ਲਓ ਜਿੱਦਾਂ ਵਿੱਚ ਹੋਰ ਵੀ ਕਲਾਕਾਰ ਆ, ਬਹੁਤ ਸੋਹਣਾ ਰੋਲ ਜਾ ਰਿਹਾ ਇਹਨਾਂ ਦਾ ਜੀ। ਬਾਕੀ ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਦਾਂ ਬਣਾਈ ਗਈ ਹੈ, ਬਹੁਤ ਸਹੀ ਜਾ ਰਹੀ ਹੈ ਮੂਵੀ ਜੀ। ਉਹਦੇ ਲਈ ਮੰਨ ਲਓ ਲੈ ਕੇ ਕੁਛ ਦਿਖਾਇਆ ਗਿਆ, ਜਿੱਦਾਂ ਉਸ ਚੀਜ਼ ਨੂੰ ਲੈ ਕੇ, ਮੰਨ ਲਓ ਕਿਸ ਤਰ੍ਹਾਂ ਆਪਣੇ ਮੰਨ ਲਓ ਧਰਨੇ 'ਤੇ ਜਾ ਕੇ ਦਿੱਲੀ 'ਚ ਬੈਠ ਰਹੇ ਲੋਕ, ਉਸ ਚੀਜ਼ ਨੂੰ ਲੈ ਕੇ ਸਰ ਜੀ। ਥੈਂਕ ਯੂ। ਹਾਂਜੀ ਲੱਗੀ ਬਹੁਤ ਵਧੀਆ ਸੀਗੀ, ਬਹੁਤ ਵਧੀਆ। ਜੋ ਇੱਥੇ ਦੀ ਸੈਟਅਪ ਹੈ, ਜੋ ਇੱਥੋਂ ਦੀ ਗੈਦਰਿੰਗ ਹੈ, ਬਹੁਤ ਹੀ ਜ਼ਿਆਦਾ ਵਧੀਆ ਹੈਗਾ ਸਾਰਾ ਕੁਛ। ਮੂਵੀ ਦੇ ਵਿੱਚ ਜਿਵੇਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕਾਫੀ ਚੀਜ਼ਾਂ ਦਿਖਾਈਆਂ ਗਈਆਂ ਕਿ ਕਿੱਦਾਂ ਕਿਸਾਨ ਅੰਦੋਲਨ ਚੱਲਿਆ ਔਰ ਕਿਸਾਨਾਂ ਦੀ ਜੋ ਜਿੱਤ। ਹਾਂਜੀ, ਜੋ ਕਿਸਾਨ ਅੰਦੋਲਨ ਹੈ ਸਾਡਾ, ਉਹ ਇੱਕ ਬਹੁਤ ਵੱਡਾ ਸੰਘਰਸ਼ ਹੈ, ਇੱਕ ਬਹੁਤ ਵੱਡੀ ਸਾਡੀ ਜਿਹੜੀ ਇੱਕ ਕਹਿ ਰਹੇ ਹਾਂ ਕਿ ਸੰਘਰਸ਼ ਚੱਲ ਰਿਹਾ, ਇੱਕ ਯੁੱਧ ਸੀਗਾ ਜੋ ਚੱਲ ਰਿਹਾ ਹੈਗਾ, ਉਹਦੇ ਉੱਪਰ ਇੱਕ ਮੂਵੀ ਬਣ ਰਹੀ ਆ, ਜੋ ਬਣੀ ਹੈ ਮੂਵੀ ਬਹੁਤ ਹੀ ਜ਼ਿਆਦਾ ਮੈਂ ਕਹਿੰਦੀ ਹਾਂ ਵਧੀਆ ਹੈ, ਬਹੁਤ ਜ਼ਿਆਦਾ ਵਧੀਆ ਲੱਗਿਆ ਇਹਦੇ ਵਿੱਚ ਹਰ ਚੀਜ਼, ਹਰ ਕਿਰਦਾਰ ਨੇ ਬਹੁਤ ਅੱਛੀ ਐਕਟਿੰਗ ਕੀਤੀ ਹੈ, ਬਹੁਤ ਹੀ ਅੱਛਾ ਮੈਂ ਕਹਿੰਦੀ ਹਾਂ ਮਜ਼ਾ ਹੀ ਆ ਗਿਆ। ਅਤੇ ਮੈਂ ਸਭ ਨੂੰ ਇਹ ਕਹਿੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਕਿ ਸਭ ਨੂੰ ਜ਼ਰੂਰ ਇਹ ਮੂਵੀ ਦੇਖਣੀ ਚਾਹੀਦੀ ਹੈ ਔਰ ਜ਼ਰੂਰ ਇਸ ਮੂਵੀ ਨੂੰ ਦੇਖੋ, ਅਤੇ ਬਹੁਤ ਵਧੀਆ ਹੈ। ਅਤੇ ਦੇਖਿਆ ਤੁਸੀਂ ਪਬਲਿਕ ਦਾ ਕੀ ਕਹਿਣਾ ਕਿ ਪਬਲਿਕ ਨੂੰ ਬਹੁਤ ਵਧੀਆ ਮੂਵੀ ਪਸੰਦ ਆ ਰਹੀ ਹੈ? ਉਹਨਾਂ ਨੇ ਕਿਹਾ ਕਿ ਜਿਵੇਂ ਕਿਸਾਨੀ ਸੰਘਰਸ਼ ਨੂੰ ਲੈ ਕੇ ਜੋ ਪਿਛਲੇ 1 ਸਾਲ ਤੋਂ ਜੋ ਅੰਦੋਲਨ ਚੱਲ ਰਿਹਾ ਸੀ ਉਸਦੀ ਜਿੱਤ ਹੋਈ, ਉਸ ਨੂੰ ਲੈ ਕੇ ਮੂਵੀ ਵਧੀਆ ਬਣੀ ਆ, ਅਤੇ ਮੈਂ ਵੀ ਚਾਹੁੰਦਾ
ਤੁਸੀਂ ਵੀ ਆਓ ਅਤੇ ਮੂਵੀ ਨੂੰ ਦੇਖੋ ਤਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਦਿਖਾ ਸਕੋ। ਪਰਿਵਾਰਿਕ ਫੈਮਿਲੀ ਮੂਵੀ ਆ ਅਤੇ ਕਾਫੀ ਸਾਰੇ ਜੋ ਇਹਦੇ ਵਿੱਚ ਮੈਂ ਸਟਾਰ ਕਾਸਟ ਦੀ ਗੱਲ ਕਰਾਂ ਜਿਵੇਂ ਅੰਬਰਦੀਪ ਸਿੰਘ ਆ, ਤੁਸੀਂ ਉਹਨਾਂ ਨੂੰ ਪਹਿਲਾਂ ਅੰਗਰੇਜ਼ ਵਰਗੀਆਂ ਮੂਵੀਆਂ ਦੇ ਵਿੱਚ ਦੇਖਿਆ ਹੋ, ਉਸ ਤੋਂ ਬਾਅਦ ਨਿਮਰਤ ਖਹਿਰਾ ਹੈ। ਫਿਰ ਸੌਂਗ ਦੀ ਗੱਲ ਕਰੀਏ ਤਾਂ ਸੌਂਗ ਦੇ ਵਿੱਚ ਜੋ ਫੇਮਸ ਸਿੰਗਰ ਨੇ ਰਣਜੀਤ ਬਾਵਾ ਹੈ, ਹੋਰ ਵੀ ਉਹਨਾਂ ਦੇ ਨਾਲ ਕਾਫੀ ਸਾਰੇ ਸੌਂਗ ਵੀ ਜੋ ਮੂਵੀ ਦੇ ਵਿੱਚ ਬਹੁਤ ਵਧੀਆ। ਅਤੇ ਆਓ ਅਤੇ ਮੂਵੀ ਦਾ ਆਨੰਦ ਲਓ।